ਸਤਿ ਸ਼੍ਰੀ ਅਕਾਲ ਸਰਦਾਰ ਜੀ। ਹਾਂਜੀ, ਮੈਂ ਸੁਖਦੇਵ ਸਿੰਘ ਇੰਡੀਆ ਤੋਂ ਬਿਲੋਂਗ ਕਰਦਾ ਜੀ, ਅਤੇ ਤੁਸਾਂ ਤੁਹਾਡੀ ਸਰਕਾਰ ਨੇ ਜੋ ਪਾਕਿਸਤਾਨ ਸਰਕਾਰ ਨੇ ਸਾਨੂੰ ਵੀਜ਼ੇ ਦਿੱਤੇ ਆ ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ, ਔਰ ਇੱਕ ਤੁਹਾਡੀ ਮੈਨੇਜਮੈਂਟ ਦਾ ਸ਼ੁਕਰਗੁਜ਼ਾਰ ਕਰਦੇ ਹਾਂ, ਇੱਕ ਤੁਹਾਡੇ ਸਟਾਫ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਕੱਲ੍ਹ ਦੇ ਆਏ ਹਾਂ, ਸਾਨੂੰ ਕਿਸੇ ਚੀਜ਼ ਦੀ ਸਮੱਸਿਆ ਨਹੀਂ, ਕੋਈ ਪਰੇਸ਼ਾਨੀ ਨਹੀਂ। ਔਰ ਸਭ ਤੋਂ ਵਧੀਆ ਇਹ ਗੱਲ, ਜਿਸ ਟਾਈਮ ਅਸੀਂ ਉੱਥੋਂ ਵਾਹਗਾ ਬਾਰਡਰ ਤੋਂ ਆਊਟ ਹੁੰਦੇ ਹਾਂ, ਅਤੇ ਜੋ ਸਾਨੂੰ ਜਿਸ ਤਰ੍ਹਾਂ ਸਵਾਗਤ ਮਿਲਦਾ ਉਹ ਅਸੀਂ ਕੁਛ ਕਹਿ ਨਹੀਂ ਸਕਦੇ। ਐਡਾ ਸੋਹਣਾ ਫੁੱਲਾਂ ਦੇ ਨਾਲ ਸ਼ਿੰਗਾਰਦੇ ਨੇ, ਫਿਰ ਖਾਣੇ ਦਾ ਅਰੇਂਜਮੈਂਟ ਹਰ ਸਾਈਡ ਤੋਂ ਅਰੇਂਜਮੈਂਟ ਦੀ ਬਹੁਤ ਸਹੂਲਤ ਆ। ਅਤੇ ਇੱਕ ਜ਼ਰੂਰ ਹੈਗੀ ਆ ਵੀ ਵੀਜ਼ੇ ਜਿੱਦਾਂ ਹੁਣ ਮਿਲਦੇ ਨੇ, ਕੋਈ 3,000 ਵੀਜ਼ਾ ਮਿਲਦਾ ਹੈ, ਅਤੇ ਅਸੀਂ ਕੋਸ਼ਿਸ਼ ਇਹੋ ਬਾਜ਼ਾਰ ਸਾਡੀ ਹੋਊਗੀ ਅਗਰ ਇਹਨਾਂ ਕੋਲ ਵੀਜ਼ਿਆਂ ਨੂੰ ਤੁਸੀਂ ਹੋਰ ਅਪਗ੍ਰੇਡ ਕਰਕੇ ਵਧਾ ਕੇ ਦਿੱਤੇ ਜਾਣ, ਨੰਬਰ ਵਧਾ ਦਿਓ, ਅਕਾਊਂਟਿੰਗ ਜਿੱਦਾਂ ਸੈਮਸੰਗ ਕੋਈ 5,000 ਦੇ ਤਕਰੀਬਨ ਹੋ ਜਾਏ, ਅਤੇ ਸਾਡੇ ਕਾਫੀ ਬੰਦੇ ਨੇ ਜਿਹੜੇ ਉਹ ਆਉਣ ਰਹਿ ਜਾਂਦੇ ਆ। ਐਤਕੀ ਵੀ ਵਾਰ ਕਾਫੀ ਵੀਜ਼ੇ ਕੈਂਸਲ ਹੋ ਗਏ ਆ, ਅਤੇ ਜਿਹੜੇ ਕੈਂਸਲ ਹੋਏ ਆ ਫਿਰ ਉਹਨਾਂ ਨੂੰ ਵੀ ਥੋੜ੍ਹੀ ਇਸ ਚੀਜ਼ ਦੀ ਮੁਸ਼ਕਲ ਆਉਂਦੀ ਆ ਵੀ ਅਸੀਂ ਵੀ ਬਾਬੇ ਨਾਨਕ ਦੇ ਮਹਿਸੂਸ ਦੇ ਕਰਦੇ ਹਾਂ ਕਿ ਇਹ ਆ। ਬਾਕੀ ਇੱਥੇ ਹੁਣ ਆਏ ਹਾਂ, ਤੁਹਾਡੇ ਵਿੱਚ ਅਸੀਂ ਰਲ ਮਿਲ ਕੇ ਰਹਿਣ ਦੇ, ਦੇਖ ਲਓ ਸਾਨੂੰ ਇਹ ਚੀਜ਼ ਦਾ ਕਿਸੇ ਚੀਜ਼ ਦਾ ਫਿਕਰ ਨਹੀਂ ਹੈ, ਅਸੀਂ ਐਂ ਤੁਰੇ ਫਿਰਦੇ ਜਿਹੜਾ ਸਾਡੇ ਪਰਿਵਾਰਕ ਮੈਂਬਰ ਨੇ, ਦੇਖ ਲਓ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਰਦਾਰ ਜੀ, ਮੈਨੂੰ ਲੱਗਦਾ ਕਿਉਂਕਿ ਸਾਡੇ ਆ ਰਹਿਣ ਸਹਿਣ, ਬੋਲੀ, ਤਹਿਜ਼ੀਬ, ਸਾਰਾ ਕੁਛ ਉਹ ਸੇਮ ਆ, ਸਾਨੂੰ ਉਹ ਚੇਂਜਿਸ ਨਜ਼ਰ ਨਹੀਂ ਆਉਂਦੇ, ਮਤਲਬ ਇੱਥੇ ਸਾਨੂੰ ਇਹ ਫੀਲ ਨਹੀਂ ਨਜ਼ਰ ਆਉਂਦੀ। ਚਲੋ ਲਿਖਤੀ ਭਾਸ਼ਾ ਉਰਦੂ ਜਿਹੜੀ ਠੀਕ ਹੈ, ਲਿਖਤੀ ਪੜ੍ਹਨ ਦੇ ਵਿੱਚ ਸਾਨੂੰ ਸਮੱਸਿਆ, ਪਰ ਬੋਲਣ ਵਿੱਚ ਤੁਸੀਂ ਸਾਡੇ ਨਾਲ ਪੰਜਾਬੀ ਬੋਲਦੇ ਹੋ, ਜਿਹੜੀ ਮਾਤਰ ਭਾਸ਼ਾ ਬੋਲੀ ਆਪਣੀ ਉਹ ਇੱਕ ਆ, ਲੈਂਗੁਏਜ ਇੱਕ ਆ, ਜਿਹਦੇ ਨਾਲ ਸਾਨੂੰ ਸਮੱਸਿਆ ਨਹੀਂ। ਤੁਸੀਂ ਸਾਡੀ ਦੁੱਖ ਤਕਲੀਫ ਸਮਝਦੇ, ਜੇ ਸਾਨੂੰ ਕੋਈ ਜੇ ਮੈਡੀਕਲ ਦੀ ਸਹੂਲਤ ਦੀ ਲੋੜ ਆ ਜਾਂ ਹੋਰ ਕੋਈ ਲੋੜ ਆ, ਅਸੀਂ ਆਉਂਦੇ ਸਾਡੀ ਸੁਣਦੇ ਜੇ। ਬਿਲਕੁਲ, ਬਕਾਇਦਾ ਇੱਥੋਂ ਤੱਕ ਵੀ ਤੁਹਾਡੇ ਲੇਡੀਜ਼ ਇੱਥੇ ਸਟਾਫ ਨੇ ਪੁਲਿਸ ਦੇ ਵਿੱਚ, ਅਤੇ ਰਾਤ ਸਾਡਾ ਬੈਗ ਡਿੱਗ ਪਿਆ ਅਤੇ ਉਹ ਲੜਕੀ ਨੇ ਬੈਗ ਮੈਨੂੰ ਫੜਿਆ, ਬਾਪੂ ਜੀ ਮੈਂ ਛੱਡ ਕੇ ਆਉਣੀ, ਮੈਂ ਨਹੀਂ ਪੁੱਤਰ, ਮੈਂ ਨਹੀਂ ਬਾਪੂ ਜੀ, ਸਾਡਾ ਫਰਜ਼ ਬਣਦਾ, ਮਤਲਬ ਇੰਨੀ ਰਿਸਪੈਕਟ ਕਰਦੇ, ਬਹੁਤ ਜ਼ਿਆਦਾ। ਸਰ ਮੈਂ ਨਾ ਐਕਚੁਅਲੀ ਜਿਹੜਾ ਸਾਡਾ ਇਸ ਵਕਤ ਜਿਸ ਚੈਨਲ ਦੇ ਮੈਂ ਰਿਪ੍ਰੈਜੈਂਟ ਕਰ ਰਹੀ ਹਾਂ, ਹਾਂਜੀ, ਪੰਜਾਬੀ ਪ੍ਰਚਾਰ ਆ ਸਾਡੀ, ਕਿਉਂਕਿ ਇਹ ਜਿਹੜੀ ਸਾਡੀ ਆਪਣੀ ਮਾਂ ਬੋਲੀ ਆ ਪੰਜਾਬੀ, ਹਾਂਜੀ, ਉਹ ਦਿਨ ਬਾ ਦਿਨ ਨਾ ਘਟਣ ਡਈ ਆ, ਸਾਡਾ ਉਹ ਟ੍ਰੈਂਡ ਨਹੀਂ ਰਿਹਾ, ਸਾਡੇ ਬੱਚਿਆਂ ਨੂੰ ਅੱਜ ਕੱਲ ਉਹ ਯੂਜ਼ ਨਹੀਂ ਕਰਦੇ। ਮਾਂ ਬੋਲੀ ਇਹ ਇਸੇ ਤਰ੍ਹਾਂ ਹੋਣਾ, ਇਹਦਾ ਪੈਦਾ ਹੀ ਪ੍ਰਭਾਵ ਪੈ ਸਕਦਾ ਇਹਨੂੰ, ਜਿੱਦਾਂ ਐਡਵਰਟਾਈਜ਼ਮੈਂਟ ਆਪਾਂ ਕੀਤਾ ਜਾਵੇ, ਪੇਪਰ ਵਿੱਚ ਕੀਤਾ ਜਾਵੇ, ਅੱਜ ਕੱਲ੍ਹ ਮੋਬਾਈਲ ਸਿਸਟਮ ਹੋ ਗਿਆ, ਉਹਦੇ ਵਿੱਚ ਯੂਟਿਊਬ, ਫੇਸਬੁੱਕ, ਇਹਨੂੰ ਆਪਾਂ ਅਟੈਂਡ ਕਰੀਏ, ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਬੋਲੀਏ, ਬੋਲਣਾ ਸਿਖਾਈਏ, ਜਿੱਦਾਂ ਹੁਣ ਆਪਾਂ ਵੀ ਤਾਂ ਅਜੇ ਘਰ ਦੇ ਤੌਰ 'ਤੇ ਪੰਜਾਬੀ ਨਾਲ ਗੱਲਾਂ ਕਰਦੇ ਹਾਂ, ਇਸੇ ਤਰ੍ਹਾਂ ਹੀ ਇਹਦਾ ਪ੍ਰਭਾਵ ਦਾ ਫਰਕ ਪੈਂਦਾ ਹੈ। ਹੁਣ ਜਿੱਦਾਂ ਇੱਥੇ ਅਸੀਂ ਆਉਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਪਰਿਵਾਰਕ ਜੀ ਦੇ ਵਿੱਚ ਤੁਰੇ ਫਿਰਦੇ ਹਾਂ ਜਾਂ ਪਾਕਿਸਤਾਨ 'ਚ ਤੁਰੇ ਫਿਰਦੇ ਹਾਂ, ਅਤੇ ਅਸੀਂ ਵੀ ਉਹ ਕਹਿੰਦੇ ਹਾਂ ਤੁਸੀਂ ਵੀ ਸਾਡੇ ਕੋਲ ਆਓ, ਸਾਡੇ ਮਹਿਮਾਨ ਬਣ ਕੇ ਆਓ, ਅਸੀਂ ਵੀ ਤੁਹਾਡਾ ਵੈਲਕਮ ਕਰੀਏ, ਤੁਸੀਂ ਸਾਨੂੰ ਵੀਜ਼ੇ ਅਲਾਓ ਕਰੋ, ਅਸੀਂ ਇੱਥੇ ਵੀ ਕੋਸ਼ਿਸ਼ ਕਰਕੇ ਜਾਂਦੇ ਹਾਂ, ਅਤੇ ਆਪਦੀ ਸਰਕਾਰ ਨੂੰ ਵੀ ਕਹਾਂਗੇ ਵੀ ਉਹਨਾਂ ਨੂੰ ਵੀ ਤੁਸੀਂ ਵੀਜ਼ੇ ਦਿਓ ਭਾਈ, ਕਿਉਂਕਿ ਸਾਡਾ ਵੀ ਸਾਡੇ ਬਥੇਰੇ ਲੋਕ ਨੇ ਜਿਹੜੇ ਉੱਧਰ ਜਾਣਾ ਚਾਹੁੰਦੇ ਨੇ, ਬਹੁਤ ਸਾਰੇ ਦਰਬਾਰ ਇਹੋ ਜਿਹੀ ਜਗ੍ਹਾ ਹੈ ਜਿਹੜੀ ਉਹ ਵਿਜ਼ਿਟ ਕਰਨਾ ਚਾਹੁੰਦੇ ਨੇ। ਹਾਂਜੀ ਹਾਂਜੀ, ਅਤੇ ਆਹ ਇਹੋ ਸਾਡੀ ਗੁੰਜਾਇਸ਼ ਆ ਤੁਹਾਡੇ ਅੱਗੇ, ਪਾਕਿਸਤਾਨੀ ਉੱਧਰ ਜਾਂਦੇ ਸਾਡੀ ਬੜੀ ਸਰਕਾਰ ਬੜੀ ਸਖ਼ਤ ਹੈ, ਪਾਕਿਸਤਾਨੀਆਂ ਨੂੰ ਵੀਜ਼ਾ ਨਹੀਂ ਦਿੰਦੇ, ਇਹਦੇ ਬਾਰੇ ਕੀ ਕਹਿਣਾ?
ਇਹ ਤਾਂ ਅਸੀਂ ਇਹੋ ਕਹਿੰਦੇ ਆ ਵੀ ਸਰਕਾਰ ਨੂੰ ਇਹ ਚਾਹੀਦਾ ਵੀ ਵੀਜ਼ਾ ਓਪਨ ਕਰਨਾ। ਮੈਂ ਇਹੀ ਗੱਲ ਕਰ ਰਹੀ ਸੀਗੀ ਕਿਉਂਕਿ ਅਗਰ ਇਹ ਦੋਨੋਂ ਤਰਫੋਂ ਹੋਵੇ, ਉਧਰੋਂ ਵੀ ਸਾਨੂੰ ਇਜਾਜ਼ਤ ਮਿਲ ਜਾਵੇ, ਇਧਰੋਂ ਸਾਡੇ ਵਾਲੇ ਵੀ ਇਜਾਜ਼ਤ ਦੇਣ, ਜਿੱਦਾਂ ਸਾਡੇ ਹੁਣ ਪ੍ਰਾਈਮ ਮਿਨਿਸਟਰ ਨੇ ਕੀਤਾ ਸੀਗਾ, ਉਹਨਾਂ ਨੇ ਕੋਰੀਡੋਰ ਖੋਲਤਾ, ਕੋਰੀਡੋਰ ਖੋਲ ਦਿੱਤਾ, ਜਿਹਦੀ ਵਜ੍ਹਾ ਤੋਂ ਬੜੀਆਂ ਆਸਾਨੀਆਂ ਪੈਦਾ ਹੋ ਗਈਆਂ ਉਸ ਸਾਲ ਤੋਂ ਬਾਅਦ ਲੋਕਾਂ ਨੇ ਆਉਣਾ ਸ਼ੁਰੂ ਕਰਤਾ ਰੈਗੂਲਰ। ਉੱਥੇ ਆ ਕੇ ਅਸੀਂ ਹੁਣ ਕਰਤਾਰਪੁਰ ਦਰਸ਼ਨ ਕਰਕੇ ਚਲੇ ਜਾਂਦੇ ਹਾਂ, ਪਰ ਉਹ ਜੋ ਹੁਣ ਇੱਥੇ ਅਸੀਂ ਦਰਸ਼ਨ ਕਰ ਜਾਂਦੇ ਉਹ ਕਰਤਾਰਪੁਰ ਨਹੀਂ ਹੋ ਸਕਦੇ, ਬਿਲਕੁਲ, ਕਿਉਂਕਿ ਉੱਥੇ 3-4 ਘੰਟੇ ਦਾ ਟਾਈਮ ਆ, ਇੱਥੇ ਹੁਣ ਅਸੀਂ 10 ਦਿਨ ਰਹਿਣਾ ਹੈ, 10 ਦਿਨ ਖੁੱਲ੍ਹਾ ਤਾਂ ਅਸੀਂ ਖੁੱਲ੍ਹ ਕੇ ਆਰਾਮ ਨਾਲ ਸ਼ਾਪਿੰਗ ਕਰਨਾ, ਬਾਹਰ ਘੁੰਮਦੇ ਹਾਂ, ਰਾਤ ਮਿਲਦੇ ਹਾਂ, ਇਹਦੇ ਵਿੱਚ ਉਹ ਚੀਜ਼ ਤੋਂ ਇਲਾਵਾ ਬਾਕੀ ਤੁਸੀਂ ਜਿਹੜੇ ਗੁਰਦੁਆਰੇ ਇਰਦ ਗਿਰਦ ਦੇ ਉਹ ਵੀ ਵਿਜ਼ਿਟ ਕਰਦੇ ਹੋ? ਹਾਂ, ਜਿਹੜੇ ਬਾਕੀ ਆ ਜਿੱਦਾਂ ਸੱਚਾ ਸੌਦਾ ਸਾਹਿਬ ਆ, ਤੁਹਾਡੀਆਂ ਇੱਥੇ ਟਰਾਂਸਪੋਰਟੇਸ਼ਨ ਲੈ ਕੇ ਗਏ ਆ, ਉਹ ਵੀ ਅਸੀਂ ਮੱਥਾ ਟੇਕ ਕੇ ਆਏ ਹਾਂ, ਹੁਣ ਸਵੇਰੇ ਇੱਥੇ ਨਜ਼ਦੀਕ ਕਰਾਂਗੇ, ਉਸ ਤੋਂ ਬਾਅਦ ਟ੍ਰੇਨ 'ਤੇ ਪੰਜਾਬ ਸਾਹਿਬ ਜਾਵਾਂਗੇ, ਲਾਹੌਰ ਵੀ ਜਾਵਾਂਗੇ, ਉਸ ਤੋਂ ਬਾਅਦ ਤੁਹਾਡੀਆਂ ਬੱਸਾਂ ਨੇ ਬਕਾਇਦਾ ਜਿਹੜੀਆਂ ਸਾਨੂੰ ਇੱਥੋਂ ਕਰਤਾਰਪੁਰ ਲੈ ਕੇ ਜਾਣਗੀਆਂ, ਫਿਰ ਉੱਧਰ ਵੀ ਜਾਵਾਂਗੇ, ਆਪਣਾ ਟਿੱਬਾ ਰੋਹੜੀ ਸਾਹਿਬ ਵੀ ਜਾਵਾਂਗੇ, ਉਹ ਤੁਹਾਡੀ ਟਰਾਂਸਪੋਰਟੇਸ਼ਨ। ਮਤਲਬ ਤੁਹਾਡਾ ਇਹ ਪਹਿਲਾ ਵਿਜ਼ਿਟ ਹੈ, ਇਹ ਤੋਂ ਪਹਿਲੇ ਵੀ ਤੁਸੀਂ ਆ ਚੁੱਕੇ? ਇਹ ਮੇਰਾ ਮੈਡਮ ਸੈਕਿੰਡ ਵਿਜ਼ਿਟ ਹੈ, ਮੈਂ ਪਿਛਲੀ ਦਫਾ ਵੀ ਆਇਆ ਸੀ ਇੱਥੇ, ਦਰਸ਼ਨ ਕਰਕੇ ਗਿਆ, ਐਸਡੀਏ ਗਿਆ, ਅਤੇ ਸਾਡੀ ਇਹੋ ਹੀ ਦੁਆ ਹੈ ਵੀ ਸਾਡੇ ਜ਼ਿਆਦਾ ਤੋਂ ਜ਼ਿਆਦਾ ਮੈਕਸੀਮਮ ਵਿਜ਼ੇ ਕੱਢੇ ਜਾਣ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ, ਅਸੀਂ ਵੀ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ।